ਨਸ਼ੇ ਦੀ ਓਵਰਡੋਸ ਨਾਲ ਦੋਸਤ ਦੀ ਹੋਈ ਮੌਤ। ਤਾਂ ਦੋਵੇਂ ਭਰਾਵਾਂ ਨੇ ਪੁਲਿਸ ਤੋਂ ਬਚਣ ਲਈ ਆਪਣੇ ਮ੍ਰਿਤਕ ਦੋਸਤ ਦੀ ਲਾਸ਼ ਖੇਤਾਂ ਵਿੱਚ ਸੁੱਟ ਦਿੱਤੀ ਅਤੇ ਫਰਾਰ ਹੋ ਗਏ। ਮ੍ਰਿਤਕ ਦੀ ਲਾਸ਼ 3 ਦਿਨ ਤੱਕ ਖੇਤਾਂ ਵਿੱਚ ਹੀ ਸੜਦੀ ਰਹੀ। ਮਾਮਲਾ ਹੈ ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਦਾ, ਜਿੱਥੇ 3 ਦਿਨ ਪਹਿਲਾਂ ਕਲਾਨੌਰ ਪੁਲਿਸ ਨੂੰ ਪਿੰਡ ਕੋਟ ਮੀਆਂ ਸਾਹਿਬ ਦੇ ਖੇਤਾਂ ਵਿੱਚ ਇੱਕ 30 ਸਾਲਾ ਨੌਜਵਾਨ ਦੀ ਅਣਪਛਾਤੀ ਲਾਸ਼ ਮਿਲੀ ਸੀ। ਬਾਅਦ ਵਿੱਚ ਜਿਸ ਦੀ ਪਹਿਚਾਣ ਵਿਸ਼ਾਲ ਕੁਮਾਰ ਵਾਸੀ ਕਲਾਨੌਰ ਵਜੋਂ ਹੋਈ ਸੀ। ਪੁਲਿਸ ਵੱਲੋਂ ਹੱਤਿਆ ਦਾ ਮਾਮਲਾ ਦਰਜ ਕਰ ਜਾਂਚ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਖੁਲਾਸਾ ਕੀਤਾ ਕਿ ਇਹ ਨੌਜਵਾਨ ਨਸ਼ੇ ਦਾ ਆਦੀ ਸੀ ਅਤੇ ਇਸ ਦੀ ਮੌਤ ਨਸ਼ੇ ਦੀ ਓਵਰਡੋਸ ਨਾਲ ਹੋਈ ਹੈ ਅਤੇ ਇਸ ਦੇ ਦੋਸਤਾਂ ਨੇ, ਜੋ ਕਿ ਦੋਵੇਂ ਭਰਾ ਹਨ, ਪੁਲਿਸ ਤੋਂ ਬਚਣ ਲਈ ਇਸ ਦੀ ਲਾਸ਼ ਨੂੰ ਖੇਤਾਂ ਵਿੱਚ ਸੁੱਟ ਦਿੱਤਾ, ਜਿਨ੍ਹਾਂ ਵਿੱਚੋਂ ਇੱਕ ਹਰੂਮ ਮਸੀਹ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਜੇ ਮਸੀਹ ਫਰਾਰ ਹੈ, ਜਿਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਘਰ 'ਚ ਕਹਿ ਕੇ ਗਿਆ ਸੀ ਕਿ ਮੈਂ ਦਰਬਾਰ ਸਾਹਿਬ ਮੱਥਾ ਟੇਕਣ ਚੱਲਿਆ, ਪਰ ਇਹਦੀ ਜਿਹੜੀ ਆ 29 ਤਰੀਕ ਨੂੰ ਲਾਸ਼ ਮਿਲੀ। ਅਸੀਂ ਵੱਖ ਵੱਖ ਟੀਮਾਂ ਬਣਾ ਕੇ, ਜਿਹਦੇ ਵਿੱਚ CIA ਦੀ ਟੀਮ ਸੀ, SHO ਕਲਾਨੌਰ ਇਹਨਾਂ ਦੀ ਟੀਮ ਸੀ, ਕਾਲ ਡਿਟੇਲਾਂ ਤੋਂ ਪਤਾ ਲੱਗਾ ਕਿ ਇਹਨੇ ਉਸ ਦੌਰਾਨ ਜਿਹੜੇ ਫੋਨ ਕੀਤੇ ਸੀ ਘਰ ਪਹੁੰਚਣ ਤੋਂ ਬਾਅਦ, ਉਹ ਸਾਰੇ ਜਿਹੜਾ ਡਰੱਗਸ ਵਾਲੇ ਬੰਦੇ ਸੀ, ਜਿਨ੍ਹਾਂ 'ਤੇ ਮੁਕੱਦਮੇ ਵਗੈਰਾ ਡਰੱਗਸ ਦੇ ਦਰਜ ਸੀ, ਉਹਦੇ ਵਿੱਚੋਂ ਇੱਕ ਕਾਲ ਡਿਟੇਲ ਤੋਂ ਪਤਾ ਲੱਗਾ ਸਾਨੂੰ ਕਿ ਉਹਦੇ ਵਿੱਚ ਅਜੇ ਮਸੀਹ ਜਿਹੜਾ ਉਹਨੂੰ ਜਿਹੜੀ ਕਾਲ ਕੀਤੀ ਹੋਈ ਸੀ, ਅਜੇ ਮਸੀਹ ਜਿਹੜਾ ਉਹਦਾ ਦੇਖਿਆ ਗਿਆ ਜਦੋਂ ਰਿਕਾਰਡ, ਅਤੇ ਉਹਦੇ ਉੱਤੇ ਡਰੱਗਸ ਦੇ ਪਰਚੇ ਦਰਜ ਸੀ। ਔਰ ਪਤਾ ਲੱਗਾ ਕਿ ਜਿਹੜਾ ਇਹ ਮ੍ਰਿਤਕ ਆ, ਇਹ ਮ੍ਰਿਤਕ ਦੀ ਜਿਹੜਾ ਅਡਿਕਟ ਸੀ, ਔਰ ਜਿਸ ਤੋਂ ਸਾਡਾ ਇੱਕ ਨਵੀਂ ਲੀਡ ਮਿਲੀ। ਇਸ ਲੀਡ ਦੇ ਉੱਤੇ ਅਸੀਂ ਕੰਮ ਕਰਦੇ ਕਰਦੇ ਇਸ ਜਗ੍ਹਾ ਨਤੀਜੇ 'ਤੇ ਜਦੋਂ ਪਹੁੰਚੇ, ਅਤੇ ਉਹਦੀ ਕਾਲ ਡਿਟੇਲਾਂ ਤੋਂ ਬਾਅਦ ਇੱਕ ਡਾਕਟਰ ਤੋਂ ਪਤਾ ਲੱਗਾ ਕਿ ਇਹਨਾਂ ਨੇ ਕਾਲ ਕੀਤੀ ਸੀ ਕਿ ਸਾਡਾ ਇੱਕ ਬੰਦਾ ਜਿਹੜਾ ਆ ਉਹ ਨਸ਼ੇ ਕਾਰਨ ਡਿੱਗ ਗਿਆ, ਪਰ ਉਸ ਨੇ ਡਾਕਟਰ ਨੇ ਕਹਿ ਕੇ ਇਸ ਸਮੇਂ ਜਿਹੜਾ ਸਮਾਂ ਜ਼ਿਆਦਾ ਹੋ ਗਿਆ ਅਤੇ ਮੈਂ ਨਹੀਂ ਆਉਣਾ। ਜਿਹੜਾ ਉਹ ਮ੍ਰਿਤਕ ਹੈ ਉਸ ਕਾਰਨ ਜਿਹੜਾ ਉਹਦੀ ਮੌਤ ਹੋ ਗਈ। ਬਾਅਦ 'ਚ ਇਹਨਾਂ ਦੇਖਿਆ ਕਿ ਅਸੀਂ ਫਸ ਜਾਵਾਂਗੇ ਦੋਨੇ ਜਣੇ, ਇਹਦਾ ਅਜੇ ਅਤੇ ਇਹਦਾ ਜਿਹੜਾ ਭਰਾ ਆ ਹਰੂਨ, ਇਹਨੂੰ ਜਿਹੜਾ ਅੱਜ ਗ੍ਰਿਫਤਾਰ ਕੱਲ੍ਹ ਤੱਕ ਗ੍ਰਿਫਤਾਰ ਕੀਤਾ ਗਿਆ, ਅੱਜ ਪੇਸ਼ ਅਦਾਲਤ ਕੀਤਾ ਜਾਣਾ। ਇਹਨਾਂ ਦੋਨਾਂ ਨੇ ਉਸ 26 ਤਰੀਕ ਨੂੰ ਹੀ ਜਿਹੜੀ ਆ ਲਾਸ਼ ਜਿਹੜੀ ਲਿਜਾ ਕੇ ਉੱਥੇ ਖੇਤਾਂ ਵਿੱਚ ਸੁੱਟ ਦਿੱਤੀ। ਇਹਨਾਂ 'ਤੇ NDFCET ਦਾ ਮੁਕੱਦਮਾ ਦਰਜ ਹੈ ਜੀ ਆਲਰੇਡੀ ਇਹਨਾਂ ਦੋਨਾਂ ਭਰਾਵਾਂ 'ਤੇ। ਫਰਦਰ ਇਹਨੂੰ ਅੱਜ ਪੇਸ਼ ਅਦਾਲਤ ਕਰਦੇ ਹਾਂ ਜੀ। ਪੇਸ਼ ਅਦਾਲਤ ਕਰਨ ਤੋਂ ਬਾਅਦ ਜਿਹੜਾ ਇਹਦਾ ਰਿਮਾਂਡ ਲੈ ਕੇ ਔਰ ਇਹਦੇ ਭਰਾ ਨੂੰ ਵੀ ਜਿਹੜਾ ਗ੍ਰਿਫਤਾਰ ਕਰਕੇ ਇਨਵੈਸਟੀਗੇਸ਼ਨ ਨੂੰ ਮੁਕੰਮਲ ਕੀਤਾ ਜਾਏਗਾ। ਗੁਰਦਾਸਪੁਰ ਤੋਂ ਜਸਵਿੰਦਰ ਬੇਦੀ ਦੌਰਾਨ ਮਮਤਾ ਕੁਮਾਰ ਦੀ ਰਿਪੋਰਟ।